ਆਓ ਅੱਜ ਆਪਾਂ ਚੱਲੀਏ ਕੇ ਵਿਚ ਦੇਖਣ ਆਸਟ੍ਰੇਲੀਆ ਚ ਇਹ ਰਸਤੇ ਚ ਦੇਖੋ ਕੈਂਗਰੂ ਫਿਰਦੇ ਨੇ ਕਾਰ ਅਸੀਂ ਪਾਰਕ ਕਰਕੇ ਇਥੋਂ ਪੈਦਲ ਜਾ ਰਹੇ ਹਾਂ ਅੱਗੇ ਆ ਵੱਡੇ ਵੱਡੇ ਕੈਂਗਰੂ ਬੱਚੇ ਇਹ ਕੈਂਪਿੰਗ ਏਰੀਆ ਹੈਗਾ ਆ ਕੇ ਵਿਚ ਦਾ ਬੋਰਡ ਹੈ ਅੱਗੇ ਦੇਖੋ ਉਹ ਸਾਹਮਣੇ ਕੈਂਗਰੂ ਨੇ ਆ ਕੇ ਵਿਚ ਆਗੇ ਬੀਚ ਪਰ ਇੱਥੇ ਨੌਂਦੇ ਨਹੀਂ ਹਨ ਕਿਉਂਕਿ ਇਸ ਸਮੁੰਦਰ 'ਚ ਛੋਟੀਆਂ ਜਿਹੀਆਂ ਲਹਿਰਾਂ ਅਹੀਆਂ ਜਿਹੜੀਆਂ ਕਹਿੰਦੇ ਜਿਹੜੀਆਂ ਆਪਣੇ ਵੱਲ ਵੀ ਖਿੱਚ ਲੈਂਦੀਆਂ ਨੇ ਕੇਵਜ਼ ਬਣੀਆਂ ਹੋਈਆਂ ਨੇ ਬੜੀ ਸ਼ਾਂਤਮਈ ਬੀਚ ਹੈ ਔਰ ਬਹੁਤ ਸਾਫ ਸੁਥਰੀ ਅਲਦ ਵਾਲੇ ਕਿੱਡੇ ਉੱਚੇ-ਉੱਚੇ ਪਹਾੜ ਨੇ ਪਹਾੜਾਂ ਦੇ ਵਿੱਚ ਸਮੁੰਦਰ ਹੈ ਦੂਰ ਤੱਕ ਐਡੇ-ਐਡੇ ਪੱਥਰ ਦਿਖਾਈ ਦਿੰਦੇ ਆ ਵਿੱਚ ਵਿੱਚ ਕੇਵਜ਼ ਬਣੀਆਂ ਹੋਈਆਂ ਨੇ ਬਹੁਤ ਵੱਡੀਆਂ ਵੱਡੀਆਂ ਲਹਿਰਾਂ ਆਉਂਦੀਆਂ ਨੇ ਦੇਖੋ ਇਹ ਮੇਰਾ ਪੋਤਾ ਖੇਡ ਰਿਹਾ ਹੈ ਅ ਲਹਿਰਾਂ ਦੇਖੋ ਤੁਸੀਂ ਸਮੁੰਦਰ ਦੀਆਂ ਕਿੰਨੀਆਂ ਅੱਛੀਆਂ ਲੱਗ ਰਹੀਆਂ ਨੇ ਬਹੁਤ ਹੀ ਸੁੰਦਰ 뷰 ਹੈ ਇਹ ਬਹੁਤ ਜ਼ਿਆਦਾ ਜੀ ਲੱਗਦਾ ਹੈ ਇਕਾਂਤਮਈ ਔਰ ਸ਼ਾਂਤ ਵਾਤਾਵਰਨ ਹੈ ਅਕੀ ਵੇ ਬਣੀ ਹੋਈ ਆ ਦੇਖੋ ਆ ਇੱਥੇ ਲੱਗੀ ਹੋਈ ਆ ਆ ਦੇਖੋ ਦੂਰ ਤੱਕ ਸਾਫ ਸੁਥਰਾ ਪਾਣੀ ਔਰ ਅਸਮਾਨ ਨਜ਼ਰ ਆਉਂਦੇ ਆ